ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਫਿਲਮ ਸਰਫਿਰਾ ਪਿਛਲੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਈ ਸੀ। ਅਕਸ਼ੇ ਹੀ ਨਹੀਂ, ਹਿੰਦੀ ਫਿਲਮ ਇੰਡਸਟਰੀ ਅਤੇ ਅਕਸ਼ੇ ਦੇ ਫੈਨਸ ਨੂੰ ਵੀ ਸਰਫਿਰਾ ਤੋਂ ਚੰਗੀ ਕਮਾਈ ਦੀ ਉਮੀਦ ਸੀ। ਫਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਗੀਤ ਵੀ ਕਾਫੀ ਪਸੰਦ ਕੀਤੇ ਗਏ। ਲੰਮੇ ਸਮੇਂ ਬਾਅਦ ਟ੍ਰੇਲਰ ਦੇ ਵਿੱਚ ਇੱਕ ਠੋਸ ਡਰਾਮਾ ਆਧਾਰਿਤ ਭੂਮਿਕਾ ਵਿੱਚ ਅਕਸ਼ੇ ਦਾ ਕੰਮ ਵੀ ਲੋਕਾਂ ਨੂੰ ਕਾਫੀ ਪ੍ਰਭਾਵਸ਼ਾਲੀ ਲੱਗਾ। ਅਕਸ਼ੇ ਦੀ ਫਿਲਮ ਲਈ ਐਡਵਾਂਸ ਬੁਕਿੰਗ ਬਹੁਤ ਠੰਡੀ ਸੀ ਅਤੇ ਇਸ ਲਈ ਉਮੀਦ ਕੀਤੀ ਜਾ ਰਹੀ ਸੀ ਕਿ ਦਰਸ਼ਕ ਫਿਲਮ ਦੇ ਮਾਹੌਲ ਨੂੰ ਸਮਝਣ ਲਈ ਸ਼ੁੱਕਰਵਾਰ ਦਾ ਸਮਾਂ ਕੱਢਣਗੇ ਤੇ ਰਿਵਿਊਜ਼ ਤੋਂ ਬਾਅਦ ਸੈਟਰਡੇ ਨੂੰ ਫਿਲਮ ਨੂੰ ਅੱਛਾ ਜੰਪ ਮਿਲੇਗਾ। ਅਜਿਹਾ ਹੋਇਆ ਵੀ। ਪਹਿਲੇ ਦਿਨ 2.50 ਕਰੋੜ ਦੀ ਕਮਾਈ ਨਾਲ ਸ਼ੁਰੂ ਹੋਈ ਸਰਫਿਰਾ ਨੇ ਸ਼ਨੀਵਾਰ ਨੂੰ ਚੰਗਾ ਜੰਪ ਲਿਆ ਤੇ 4.25 ਕਰੋੜ ਦੀ ਕਮਾਈ ਕੀਤੀ। ਉੱਥੇ ਹੀ ਫਿਲਮ ਨੇ ਸੰਡੇ ਨੂੰ 5 ਕਰੋੜ ਦੇ ਕਰੀਬ ਕਮਾਈ ਕੀਤੀ। ਮਤਲਬ ਕਿ ਫਿਲਮ ਨੇ ਫਸਟ ਵੀਕਐਂਡ ਤੇ ਲਗਭਗ 12 ਕਰੋੜ ਰੁਪਏ ਦੀ ਕਮਾਈ ਕੀਤੀ। ਬਟ ਅਕਸ਼ੇ ਕੁਮਾਰ ਦੀ ਫਿਲਮ ਸਰਫਿਰਾ ਸੁਪਰ ਸਟਾਰ ਪ੍ਰਭਾਸ ਦੀ 3 ਹਫ਼ਤੇ ਪਹਿਲੇ ਰਿਲੀਜ਼ ਹੋਈ ਫਿਲਮ ਕਲਕੀ ਦੇ ਸਾਹਮਣੇ ਕਾਫੀ ਠੰਡੀ ਰਹੀ। ਸੂਤਰਾਂ ਦੀ ਮੰਨੀਏ ਤੇ ਅਕਸ਼ੇ ਕੁਮਾਰ ਦੀ ਫਿਲਮ ਠੰਡੀ ਪੈਂਦੀ ਨਜ਼ਰ ਆ ਰਹੀ ਹੈ। ਬਾਕੀ ਇਸ ਹਫ਼ਤੇ ਅਕਸ਼ੇ ਕੁਮਾਰ ਦੀ ਫਿਲਮ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।